ਕੁਝ ਦਿਨ ਪਹਿਲਾਂ ਬੰਗਲਾਦੇਸ਼ ਵਿਚ ਤਖ਼ਤਾ ਪਲਟ ਦੌਰਾਨ ਹਿੰਦੂਆਂ ਦਾ ਜੋ ਹਾਲ ਹੋ ਰਿਹਾ ਉਸ ਨੂੰ ਲੈ ਕੇ ਦੁਨੀਆਂ ਭਰ ਚ ਨਿੰਦਾ ਕੀਤੀ ਜਾ ਰਹੀ ਹੈ। ਹਿੰਦੂ ਔਰਤਾਂ ਕੁੜੀਆਂ ਗਲਤ ਕੰਮ ਕੀਤੇ ਜਾ ਰਹੇ ਹਨ ਤੇ ਉਹਨਾਂ ਦੇ ਘਰਾਂ ਨੂੰ ਅੱਗ ਲਾਈ ਜਾ ਰਹੀ ਹੈ, ਵਪਾਰ ਨੂੰ ਸਾੜਿਆ ਜਾ ਰਿਹਾ ਹੈ। ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ ਜਿਸ ਨੂੰ ਲੈ ਕੇ ਦੁਨੀਆਂ ਭਰ ਦੇ ਦੇਸ਼ਾਂ ਦੀ ਅੱਖਾਂ ਖੋਲਣ ਦੇ ਲਈ ਇੱਕ ਕੈਂਡਲ ਮਾਰਚ ਜ਼ਿਲ੍ਹਾ ਮੋਹਾਲੀ ਦੇ ਖਰੜ ਇਲਾਕੇ ਵਿਚ ਕੱਢਿਆ ਗਿਆ, ਜਿਸ ਹਰ ਵਰਗ ਦੇ ਲੋਕਾਂ ਵੱਲੋਂ ਭਾਗ ਲਿਆ ਗਿਆ। ਇਸ ਘਟਨਾ ਨੂੰ ਰੋਕਣ ਲਈ ਸਭ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਹਿੰਦੂਆਂ ਦੇ ਹੋ ਰਹੇ ਅਤਿਆਚਾਰਾਂ ਨੂੰ ਰੋਕਿਆ ਜਾਵੇ, ਉਚਿਤ ਕਾਰਵਾਈ ਕੀਤੀ ਜਾਵੇ। ਖਰੜ ਵਾਸੀਆਂ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਕਿਉਂਕਿ ਬੰਗਲਾਦੇਸ਼ ਦੇ ਵਿੱਚ ਜੋ ਹੋਇਆ ਹੈ ਉਸ 'ਤੇ ਅੱਜ ਪੂਰਾ ਜਿਹੜਾ ਸੰਯੁਕਤ ਰਾਸ਼ਟਰ ਹੈ, ਚਾਹੇ ਮਾਨਵ ਅਧਿਕਾਰ ਕਮਿਸ਼ਨ ਹੈ ਅੰਤਰਰਾਸ਼ਟਰੀ, ਉਹ ਚੁੱਪ ਬੈਠਿਆ ਹੈ। ਉੱਥੇ ਸਾਡੀਆਂ ਮਾਵਾਂ ਭੈਣਾਂ ਦੀ ਜਿੱਤ ਲੁੱਟੀ ਜਾ ਰਹੀ ਹੈ, ਸਾਰਿਆਂ ਮਾਵਾਂ ਨੂੰ ਮਾਰ ਕੇ ਪੁੱਠਾ ਲਟਕਾਇਆ ਤੱਕ ਜਾ ਰਿਹਾ ਹੈ ਅਤੇ ਸਾਡੇ ਹਿੰਦੂਆਂ ਦੇ ਜਿਹੜੇ ਬੰਗਲਾਦੇਸ਼ੀ ਹਿੰਦੂ ਆ ਜਿਹੜੇ ਉਹਨਾਂ ਦੇ ਮੰਦਰਾਂ 'ਤੇ ਹਮਲੇ ਹੋ ਰਹੇ ਆ, ਹਮਲਿਆਂ ਨੂੰ ਮੰਦਰਾਂ ਨੂੰ ਢਾਇਆ ਜਾ ਰਿਹਾ, ਸਾੜਿਆ ਜਾ ਰਿਹਾ ਹੈ। ਉਸੇ ਦੇ ਖਿਲਾਫ਼ ਅੱਜ ਇਹ ਕੈਂਡਲ ਮਾਰਚ ਸ਼ਾਂਤੀ ਮਾਰਚ ਹੈ, ਪਰ ਇਸ ਨੂੰ ਇੱਕ ਸ਼ਾਂਤੀ ਮਾਰਚ ਦਾ ਮਤਲਬ ਇਹ ਹੈ ਕਿ ਇੱਕ ਸੁਨੇਹਾ ਹੈ ਪੂਰੇ ਵਿਸ਼ਵ ਨੂੰ, ਕਿਉਂਕਿ ਪੂਰੇ ਵਿਸ਼ਵ ਦੇ ਵਿੱਚ ਹੀ ਅੱਜ ਚਾਹੇ ਅਮੈਰੀਕਾ ਹੈ, ਇੰਗਲੈਂਡ ਹੈ, ਕੈਨੇਡਾ ਹੈ, ਪੂਰਾ ਦੇਸ਼ ਅੱਜ ਉਹਨਾਂ ਸੰਯੁਕਤ ਰਾਸ਼ਟਰ ਚਾਹੇ ਮਾਨਵ ਅਧਿਕਾਰ ਨੂੰ ਜਗਾਉਣ ਵਾਸਤੇ ਛੋਟੇ ਛੋਟੇ ਕੈਂਡਲ ਮਾਰਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰ ਰਹੇ ਹੈਗੇ ਆ। ਕਿਉਂਕਿ ਜੋ ਉੱਥੇ ਘਿਨਾਉਣਾ ਕੰਮ ਹੋ ਰਿਹਾ ਹੈ ਇਹ ਜਿਹੜੇ ਸੰਯੁਕਤ ਰਾਸ਼ਟਰ ਹੈ ਚਾਹੇ ਮਾਨਵ ਅਧਿਕਾਰ ਕਮਿਸ਼ਨ ਹੈ, ਇਹ ਛੋਟੀ ਛੋਟੀ ਗੱਲਾਂ 'ਤੇ ਬੋਲਦਾ ਹੈ ਜਦੋਂ ਕਿਸੇ ਹੋਰ ਧਰਮ 'ਤੇ ਹਮਲਾ ਹੁੰਦਾ ਹੈ। ਅੱਜ ਹਿੰਦੂਆਂ ਦੇ ਉੱਤੇ ਹਮਲਾ ਹੋ ਰਿਹਾ ਹੈ, ਇਹ ਸਭ ਚੁੱਪ ਬੈਠੇ ਹੈ। ਈਵਨ ਕਿ ਸਾਡੀ ਵਿਰੋਧੀ ਧਿਰ ਰਾਹੁਲ ਗਾਂਧੀ ਜੀ, ਉਹਨਾਂ ਦੇ ਜਿੰਨੇ ਵੀ ਵਿਰੋਧੀ ਧਿਰ ਦੇ ਨੇਤਾ ਹੈ ਉਹਨਾਂ ਦੇ ਅੱਜ ਬੁੱਲ ਹੈ ਜਿਹੜੇ ਉਹ ਸੀਏ ਗਏ ਆ, ਉਹਨਾਂ ਤੋਂ ਇੱਕ ਲਫ਼ਜ਼ ਨਹੀਂ ਨਿਕਲਿਆ ਹਿੰਦੂ ਭਰਾਵਾਂ ਦੇ ਫੇਵਰ ਦੇ ਵਿੱਚ ਜੋ ਅੱਤਿਆਚਾਰ ਉਹਨਾਂ 'ਤੇ ਹੋ ਰਿਹਾ। ਕੌਣ ਕੌਣ ਸ਼ਾਮਿਲ ਨੇ ਅੱਜ ਖਰੜ ਦੀ ਸਾਰੀਆਂ ਸਮਾਜਿਕ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਾਰੇ ਲੋਕ ਜਿਹੜੇ ਉਹ ਅੱਜ ਇਕੱਠੇ ਹੋ ਕੇ ਕੈਂਡਲ ਮਾਰਚ ਕਰ ਬੀਜੇਪੀ ਸਾਰੀਆਂ ਪਾਰਟੀਆਂ ਵੀ ਈਵਨ ਕਿ ਸਭ ਹਰ ਇੱਕ ਬੰਦਾ ਅੱਜ ਕਿਉਂਕਿ ਚਾਹੇ ਉਹ ਸਨਾਤਨੀ ਹੈ ਉਹਨਾਂ ਵਾਸਤੇ ਦਰਦ ਰੱਖਦਾ ਹੈ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਵੇ, ਕਿਸੇ ਧਰਮ ਨਾਲ ਜੁੜਿਆ ਹੋਵੇ। ਅੱਜ ਕਿਉਂਕਿ ਇਹ ਜਿਹੜਾ ਹਮਲਾ ਇਕੱਲੇ ਹਿੰਦੂਆਂ 'ਤੇ ਨਹੀਂ ਹੋ ਰਿਹਾ, ਉੱਥੇ ਹਿੰਦੂ, ਸਿੱਖ, ਬੌਧ, ਜੈਨੀ ਸਾਰੇ ਉੱਥੇ, ਕਿਉਂਕਿ ਕੋਈ ਉੱਥੇ ਜਾਤ ਨਹੀਂ ਦੇਖੀ ਜਾ ਰਹੀ। ਅਸੀਂ ਇੱਥੇ ਜਾ ਕਹਿ ਰਹੇ ਹਾਂ ਫਲਾਣੀ ਜਾਤ, ਧਮਕਾਣੀ ਜਾਤ, ਉੱਥੇ ਕੋਈ ਜਾਤ ਨਹੀਂ ਦੇਖੀ ਜਾ ਰਹੀ। ਉੱਥੇ ਤੁਹਾਡਾ ਦੇਖਿਆ ਜਾ ਰਿਹਾ ਕਿ ਤੁਸੀਂ ਹਿੰਦੂ ਹੈ, ਤੁਹਾਡੀਆਂ ਭੈਣਾਂ ਇਹੋ ਜਿਹੀਆਂ ਵੀਡੀਓ ਆ ਰਹੀਆਂ ਜਿਨ੍ਹਾਂ ਨੂੰ
ਤੁਸੀਂ ਸ਼ੇਅਰ ਕਰਨਾ ਤਾਂ ਦੂਰ ਹੈ, ਉਹਨਾਂ ਨੂੰ ਤੁਸੀਂ ਖੁਦ ਨਹੀਂ ਦੇਖ ਸਕਦੇ। ਇਸ ਤਰ੍ਹਾਂ ਸਾਡੀਆਂ ਮਾਵਾਂ ਭੈਣਾਂ ਨਾਲ ਉੱਥੇ ਵਿਤਕਰਾ ਹੋ ਰਿਹਾ ਹੈਗਾ। ਤੇ ਅੱਜ ਅਸੀਂ ਇਕੱਠੇ ਹੋਏ ਹਾਂ ਬਾਂਗਲਾ ਆਪਣੇ ਭੈਣ ਭਰਾਵਾਂ ਬਾਂਗਲਾਦੇਸ਼ੀ ਹਿੰਦੂਆਂ ਦੀ ਲਈ ਆਵਾਜ਼ ਚੱਕਣ ਲਈ ਅਸੀਂ ਇਕੱਠੇ ਹੋਏ ਹਾਂ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਛੋਟੇ ਭੈਣ ਭਰਾ ਖਰੜ 'ਚ ਵੀ ਰਹਿੰਦੇ ਹਾਂ, ਅਸੀਂ ਉਹਨਾਂ ਦੇ ਨਾਲ ਹਾਂ। ਤੇ ਇਹ ਨਾ ਸੋਚੇ ਕੋਈ ਕਿ ਇਹ ਬਾਂਗਲਾਦੇਸ਼ 'ਚ ਹੋ ਰਿਹਾ, ਸਾਡੇ ਹਿੰਦੁਸਤਾਨ 'ਚ ਨਹੀਂ ਹੋ ਸਕਦਾ, ਇਹ ਹਰ ਕਿਤੇ ਹੋ ਸਕਦਾ। ਸਾਰੇ ਸਨਾਤਨੀ ਸਮਾਜ ਨੂੰ ਇਹ ਮੇਰਾ ਆਹਵਾਨ ਹੈ ਕਿ ਸਾਰੇ ਰਲ ਕੇ ਇੱਕ ਸਟੇਜ 'ਤੇ ਆਓ ਤੇ ਆਪਣੀ ਆਵਾਜ਼ ਚੱਕੋ। ਜਗਵੰਤ ਟੀਵੀ ਲਈ ਮੈਂ ਰਿਸ਼ਵਟਲਾ ਖਰੜ।